ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰ ਨੂਰੀ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਮੈਂ ਉੜੀਕਾਂ ਤੇਰੀਆਂ ਫਿਲਮਕਾਰੀ ਹਾਂ ਜਿਹਨੂੰ ਬਣਾ ਰਹੇ ਨੇ ਸਾਡੇ ਮੇਕਰ ਨੇ ਮੁਕੇਸ਼ ਸ਼ਰਮਾ ਜੀ ਅਤੇ ਸੈਗੀ ਅਗਨਹੋਤਰੀ ਜੀ, ਸਾਡੇ ਡਾਇਰੈਕਟਰ ਸਾਹਿਬ ਰਾਜ ਸਿਨਹਾ ਜੀ। ਬਹੁਤ ਹੀ ਵਧੀਆ ਮੈਨੂੰ ਲੱਗ ਰਿਹਾ ਕੰਮ ਕਰਕੇ ਰਾਜ ਸਿਨਹਾ ਜੀ ਦੇ ਨਾਲ। ਮੈਂ ਪਹਿਲੀ ਫਿਲਮ ਕੀਤੀ ਆ ਔਰ ਸਾਡੇ ਪ੍ਰੋਡਿਊਸਰ ਸਾਹਿਬ ਇਹਨਾਂ ਨਾਲ ਵੀ ਮੇਰੀ ਪਹਿਲੀ ਫਿਲਮ ਹੈਗੀ ਆ। ਬਹੁਤ ਹੀ ਅੱਛੇ ਨੇ, ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਹੁੰਦੀ, ਨਾ ਪੇਮੈਂਟ ਦੀ, ਨਾ ਸਾਨੂੰ ਕੋਈ ਰਹਿਣ ਦੀ, ਕਿਤੇ ਜਾਣ ਦੀ। ਮੈਨੂੰ ਵੀ ਤਾਂ ਇੱਦਾਂ ਲੱਗਦਾ ਜਿਵੇਂ ਸਾਡੇ ਹੀ ਘਰ ਦੀ ਫਿਲਮ ਬਣ ਰਹੀ ਹੈ ਔਰ ਸਾਨੂੰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਹੁੰਦੀ। ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ ਔਰ ਬਹੁਤ ਸਾਡਾ ਧਿਆਨ ਰੱਖਦੇ ਨੇ ਸਾਰੇ ਆਰਟਿਸਟਾਂ ਦਾ। ਰਾਜ ਸਿਨਹਾ ਜੀ ਇੰਨੇ ਅੱਛੇ ਨੇ, ਇੰਨੇ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਨੇ। ਇੱਕ ਇੱਕ ਸੀਨ ਜਿਹੜਾ ਇੱਦਾਂ ਸਮਝਾ ਦਿੰਦੇ ਨੇ, ਇੱਕ ਇੱਕ ਸ਼ਾਰਟ ਤੇ ਇੰਨੀ ਮਿਹਨਤ ਕਰਦੇ ਨੇ, ਮਜ਼ਾ ਆਉਂਦਾ ਇੱਦਾਂ ਦੇ ਡਾਇਰੈਕਟਰ ਦੇ ਨਾਲ ਕੰਮ ਕਰਕੇ। ਔਰ ਜਿਹੜੀ ਸਾਡੀ ਜਾਰੀ ਸਾਰੀ ਸਟਾਰ ਕਾਸਟਿੰਗ ਆ, ਉਹ ਤਾਂ ਕਿਆ ਬਾਤ ਹੈ। ਭੱਲਾ ਜੀ ਨਾਲ ਪਹਿਲਾਂ ਕਾਫੀ ਫਿਲਮਾਂ ਕੀਤੀਆਂ ਨੇ ਤੇ ਸੀਮਾ ਕੌਸ਼ਲ ਜੀ ਨਾਲ ਮੇਰੀ ਪਹਿਲੀ ਫਿਲਮ ਆ ਇਹ। ਬਿੰਦੂ ਦਾਰਾ ਸਿੰਘ ਜੀ ਦੇ ਨਾਲ ਮੈਨੂੰ ਪਹਿਲੀ ਵਾਰੀ ਕੰਮ ਕਰਨ ਦਾ ਮੌਕਾ ਮਿਲਿਆ। ਸਾਰੇ ਬਹੁਤ ਹੀ ਜ਼ਿਆਦਾ ਮੈਨੂੰ ਸਾਰੇ ਨੇ ਹੌਸਲਾ ਦਿੱਤਾ, ਕਿਉਂਕਿ ਸਰਦੂਲ ਜੀ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਉਦਾਸ ਹੋ ਗਈ ਸੀ। ਖਾਸ ਕਰਕੇ ਭੱਲਾ ਜੀ ਨੇ, ਉਹਨਾਂ ਦੀ ਵਾਈਫ ਮਿੰਨੀ ਜੀ ਨੇ ਮੈਨੂੰ ਕਿਹਾ ਕਿ ਨਹੀਂ ਤੁਸੀਂ ਕੰਮ ਕਰੋ, ਕੰਮ ਕਰਦੇ ਕਰਦੇ ਤੁਸੀਂ ਲੋਕਾਂ ਦੇ ਨਾਲ ਜੁੜੋਗੇ, ਲੋਕਾਂ ਦੀਆਂ ਦੁਆਵਾਂ ਮਿਲਣਗੀਆਂ, ਉਹਨਾਂ ਦੀਆਂ ਦੁਆਵਾਂ ਮਿਲਣਗੀਆਂ, ਉਹ ਖੁਸ਼ ਹੋਣਗੇ ਤੁਹਾਡਾ ਕੰਮ ਦੇਖ ਕੇ, ਤੇ ਸਰਦੂਲ ਜੀ ਦੀ ਰੂਹ ਬਹੁਤ ਖੁਸ਼ ਹੋਗੀ ਤੁਹਾਨੂੰ ਕੰਮ ਕਰਦੇ ਦੇਖ ਕੇ। ਇਸ ਕਰਕੇ ਮੈਨੂੰ ਸਾਰਿਆਂ ਨੇ ਬਹੁਤ ਜ਼ਿਆਦਾ ਹੌਸਲਾ ਦਿੱਤਾ, ਸੈਗੀ ਜੀ ਨੇ ਵੀ ਔਰ ਮੁਕੇਸ਼ ਸ਼ਰਮਾ ਜੀ ਨਾਲ ਵੀ। ਅੱਜ ਬਹੁਤ ਸਾਰੀਆਂ ਗੱਲਾਂ ਹੋਈਆਂ, ਇਹਨਾਂ ਨੇ ਬਹੁਤ ਮੈਨੂੰ ਹੌਸਲਾ ਦਿੱਤਾ ਤੇ ਹਮੇਸ਼ਾ ਮੈਨੂੰ ਸੈੱਟ ਤੇ ਵੀ ਬਹੁਤ ਸੋਹਣਾ ਮਾਹੌਲ ਮਿਲਦਾ ਰਿਹਾ। ਸਾਰੇ ਕਲਾਕਾਰ ਜਿੰਨੇ ਵੀ ਆਰਟਿਸਟ ਨੇ, ਬਿੰਦੂ ਜੀ ਵੀ, ਭੱਲਾ ਜੀ ਵੀ ਖਾਸ ਕਰਕੇ, ਇਹਨਾਂ ਨੇ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਵੀ ਕਰਦੇ ਰਹੇ, ਹੌਸਲਾ ਵੀ ਦਿੰਦੇ ਰਹੇ ਨੇ ਤੇ ਖੁਸ਼ ਵੀ ਕਰਦੇ ਰਹੇ ਨੇ ਵੀ ਤਾਂ ਕਿ ਸੋਹਣਾ ਮਾਹੌਲ ਰਹੇ ਸੈੱਟ ਦੇ ਉੱਤੇ। ਫਿਲਮ ਦਾ ਮਿਊਜ਼ਿਕ ਗੁਰਮੀਤ ਜੀ ਨੇ ਕੀਤਾ, ਬਹੁਤ ਸੋਹਣਾ ਮਿਊਜ਼ਿਕ ਕੀਤਾ ਹੈ। ਕਮਲ ਖਾਨ ਉਹਨੇ ਗਾਇਆ, ਬਹੁਤ ਹੀ ਅੱਛਾ, ਮਤਲਬ ਕੰਪੋਜੀਸ਼ਨਸ ਬਹੁਤ ਅੱਛੀਆਂ ਨੇ। ਮਾਸਟਰ ਸਲੀਮ ਨੇ ਗਾਇਆ, ਬਹੁਤ ਵਧੀਆ ਲੱਗਿਆ ਸਾਰਾ ਮਿਊਜ਼ਿਕ ਜਦੋਂ ਅਸੀਂ ਗਾਣਾ ਫਰਮਾ ਰਹੇ ਸੀਗੇ, ਬਹੁਤ ਫੀਲ ਆ ਰਿਹਾ ਸੀਗਾ, ਬਹੁਤ ਵਧੀਆ ਲੱਗ ਰਿਹਾ ਮੈਨੂੰ ਇਹ ਫਿਲਮ ਕਰਕੇ। ਇੰਨਾ ਕੁ ਮਜ਼ਾ ਆਇਆ ਮੈਨੂੰ, ਮੈਂ ਸਾਗਰ ਸਰਹੱਦੀ ਜੀ ਦੇ ਨਾਲ ਪਹਿਲੀ ਫਿਲਮ ਕੀਤੀ ਸੀਗੀ ਤੇ ਉਸ ਤੋਂ ਬਾਅਦ ਕਾਫੀ ਸਾਰੀਆਂ ਫਿਲਮਾਂ ਕੀਤੀਆਂ ਬਹੁਤ ਅੱਛੇ ਅੱਛੇ ਡਾਇਰੈਕਟਰਸ ਦੇ ਨਾਲ, ਪਰ ਉਹਨਾਂ ਤੋਂ ਬਾਅਦ ਸਾਗਰ ਸਰਹੱਦੀ ਜੀ ਤੋਂ ਬਾਅਦ ਮੈਨੂੰ ਰਾਜ ਸਿਨਹਾ ਜੀ ਦੇ ਨਾਲ ਫਿਲਮ ਕਰਕੇ ਇੰਨਾ ਕੁ ਮਜ਼ਾ ਆਇਆ ਕਿ ਉਹ ਬੰਬੇ ਦਾ ਜਿਹੜਾ ਉਹ ਟਾਈਮ ਟੇਬਲ, ਹਰ ਚੀਜ਼ ਪੂਰਾ ਪ੍ਰੋਫੈਸ਼ਨਲ ਤਰੀਕੇ ਦੇ ਨਾਲ, ਜਿਹੜਾ ਪੂਰੇ ਰੂਲਸ ਨੇ ਜਿਹੜੇ ਫਿਲਮ ਬਣਾਉਣ ਦੇ ਵਾਸਤੇ, ਜਦੋਂ ਆਪਾਂ ਸੈੱਟ ਤੇ ਜਾਈਦਾ, ਇੱਕ ਇੱਕ ਚੀਜ਼ ਜਿਹੜੀ ਮੈਨੂੰ ਇੱਥੇ ਸਿੱਖਣ ਨੂੰ ਵੀ ਮਿਲ ਰਹੀ ਆ। ਔਰ ਜੋ ਬੰਬੇ ਦੇ ਵਿੱਚ ਜਿੱਦਾਂ ਲੋਕ ਕੰਮ ਕਰਦੇ ਨੇ ਵਧੀਆ, ਪੂਰਾ ਐਨ ਇੱਕ ਆਪਣਾ ਪੂਰਾ 100% ਦਿੰਦੇ ਨੇ ਸਾਰੇ ਯੂਨਿਟ ਵਾਲੇ, ਉਹ ਚੀਜ਼ ਮੈਨੂੰ ਇੱਥੇ ਮਿਲੀ ਆ। ਕੈਮਰਾਮੈਨ ਸਾਡੇ ਬਹੁਤ ਹੀ ਪਿਆਰੇ ਨੇ ਔਰ ਸਾਰੀ ਟੀਮ ਸਾਡੀ, ਕੈਮਰਾ ਟੀਮ ਸਾਡੀ, ਪ੍ਰੋਡਕਸ਼ਨ ਸਾਡੀ, ਜਿਹੜੀ ਇੱਥੋਂ ਦੀਆਂ ਸਾਡੀਆਂ ਲੋਕੇਸ਼ਨ ਸਾਡੀਆਂ, ਸਾਰਾ ਕੁਝ ਸਾਨੂੰ ਟਾਈਮ ਟੇਬਲ ਦੇਣ ਵਾਲੇ ਸਾਡੇ ਸੁੱਖੀ ਜੀ, ਬਹੁਤ ਹੀ ਵਧੀਆ ਨੇ ਕੁੱਲ ਮਿਲਾ ਕੇ ਸਾਰੀ ਟੀਮ, ਮੈਨੂੰ ਬਹੁਤ ਵਧੀਆ ਲੱਗੀ, ਬਹੁਤ ਪੋਜ਼ਿਟਿਵ ਮੈਨੂੰ ਇੱਥੇ ਮਾਹੌਲ ਮਿਲਿਆ ਹੈ। ਥੈਂਕ ਯੂ ਜੀ, ਤੁਹਾਡਾ ਅਦੋਰੀ ਜੀ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਤੁਹਾਡਾ ਆਉਣ ਦਾ ਇੱਥੇ ਸਾਡੇ ਨਾਲ ਕੋਆਪਰੇਟ ਕਰਕੇ ਚੱਲਣ ਦਾ। ਤੋ ਆਪਾਂ ਆਪਣੀ ਫਿਲਮ ਵੈਰੀ ਸੂਨ ਰਿਲੀਜ਼ ਕਰਾਂਗੇ, ਮਈ ਜਾਂ ਜੂਨ ਵਿੱਚ ਆਪਾਂ ਆਲਮੋਸਟ ਰਿਲੀਜ਼ ਕਰਨ ਦੀ ਸੋਚ ਰਹੇ, ਤੋ ਵੈਰੀ ਸੂਨ ਤੁਹਾਨੂੰ ਦੱਸਾਂਗੇ ਆਪਾਂ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ।